ਸਤਿ ਸ਼੍ਰੀ ਅਕਾਲ ਜੀ ਅੱਜ ਜਿੱਥੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ ਦਿੱਲੀ ਦੇ ਅੱਡ ਅੱਡ ਬਾਰਡਰਾਂ ਦੇ ਉੱਪਰ ਮੋਰਚਾ ਲਾ ਕੇ ਬੈਠੀਆਂ ਹੋਈਆਂ ਹੈ ਉੱਥੇ ਜਿਸ ਪ੍ਰਕਾਰ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਲਗਾਤਾਰ ਇਸ ਸੰਘਰਸ਼ ਦੇ ਵਿੱਚ ਇਹਨੂੰ ਤਿੱਖਾ ਕਰਨ ਦੇ ਲਈ ਲਗਾਤਾਰ ਜਦੋਜਹਿਦ ਹੋ ਰਿਹਾ ਉੱਥੇ ਲਗਾਤਾਰ ਇਸ ਸੰਘਰਸ਼ ਨੂੰ ਤਕੜਾ ਕਰਨ ਦੇ ਲਈ ਇਸ ਸੰਘਰਸ਼ ਦੀਆਂ ਜਿਹੜੀਆਂ ਲੋੜਾਂ ਹੈ ਉਹਨੂੰ ਪੂਰਾ ਕਰਨ ਦੇ ਲਈ ਵੀ ਲਗਾਤਾਰ ਜਿਹੜੇ ਪਿੰਡਾਂ ਦੇ ਲੋਕ ਹੈ ਹੋਰ ਦਾਨੀ ਸੱਜਣ ਹੈ ਉਹ ਹਰ ਪ੍ਰਕਾਰ ਦੀ ਮਦਦ ਜਿਹੜੀ ਆ ਉਹ ਕਰ ਰਹੇ ਆ ਅੱਜ ਸਾਡੇ ਦਿੱਲੀ ਦੇ ਸਿੰਘੂ ਬਾਰਡਰ ਦੇ ਉੱਤੇ ਮੁਕੇਰੀਆਂ ਤੋਂ ਹਯਾਤਪੁਰ ਪਿੰਡ ਤੋਂ ਹਰਜੀਤ ਹੁਣੀ ਰਘਵੀਰ ਹੁਣੀ ਮਨਪ੍ਰੀਤ ਉਹਨਾਂ ਦੇ ਸਾਥੀ ਅਤੇ ਬੁੱਢੇਵਾੜ ਤੋਂ ਸੋਨੂ ਹੁਣਾਂ ਦੀ ਜਿਹੜੀ ਟੀਮ ਹੈ ਉਹ ਇਕੱਠੀਆਂ ਹੋ ਕੇ ਉਹਨਾਂ ਨੇ ਵੱਡੀ ਗਿਣਤੀ 'ਚ ਜਿਹੜੀ ਪਾਣੀ ਦੀ ਜਿਹੜੀ ਸਹਾਇਤਾ ਹੈ ਉਹ ਸਿੰਘੂ ਬਾਰਡਰ 'ਤੇ ਲੈ ਕੇ ਆਏ ਹੈ ਇਹ ਅੱਜ ਸਾਡੇ ਵਿੱਚ ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਪ੍ਰੈਸ ਸਕੱਤਰ ਪ੍ਰਗਟ ਸਿੰਘ ਜਾਮਾ ਰਾਏ ਅਤੇ ਹੋਰ ਪੂਰੀ ਜਥੇਬੰਦੀ ਦੇ ਜਿਹੜੇ ਸੂਬਾ ਪੱਧਰੀ ਆਗੂ ਆ ਲਗਾਤਾਰ ਇੱਥੇ ਬੈਠੇ ਆ ਅਤੇ ਉਹ ਧੰਨਵਾਦੀ ਵੀ ਕਰਦੇ ਆ ਮੈਂ ਚਾਹਾਂਗਾ ਪ੍ਰਧਾਨ ਜੀ ਦੋ ਸ਼ਬਦ ਕਹਿਣ ਇਹਨਾਂ ਜਿਸ ਪ੍ਰਕਾਰ ਦੀ ਜਿਹੜੀ ਮਦਦ ਲਗਾਤਾਰ ਅੱਡ ਅੱਡ ਖਿੱਤਿਆਂ ਦੇ ਵਿੱਚੋਂ ਲੋਕ ਇਸ ਸੰਘਰਸ਼ ਨੂੰ ਕਾਮਯਾਬ ਕਰਨ ਦੇ ਲਈ ਕਰ ਰਿਹਾ ਉਹਨਾਂ ਨੂੰ ਜੀ ਆਇਆਂ ਵੀ ਕਹਿਣ ਅਤੇ ਉਹਨਾਂ ਦਾ ਧੰਨਵਾਦ ਵੀ ਕਰਨ ਪ੍ਰਧਾਨ ਸਤਨਾਮ ਸਿੰਘ ਜਨਾਲਾ ਦੇਖੋ ਜਿਹੜੇ ਹੁਸ਼ਿਆਰਪੁਰ ਤੋਂ ਖਾਸ ਕਰਕੇ ਹੁਸ਼ਿਆਰਪੁਰ ਤੋਂ ਰਘਵੀਰ ਸਿੰਘ ਹਰਪ੍ਰੀਤ ਇਹ ਜਿਹੜੇ ਪਾਣੀ ਦੀ ਸੇਵਾ ਲੈ ਕੇ ਆਏ ਅਸੀਂ ਸਮਝਦੇ ਬਹੁਤ ਵੱਡੀ ਕਨਈਆ ਵਾਂਗੂ ਸੇਵਾ ਵਾ ਇੱਥੇ ਸਭ ਤੋਂ ਜ਼ਰੂਰੀ ਜਿਹੜਾ ਵਾ ਖਾਣ ਪਾਣ ਦੇ ਵਿੱਚ ਪਾਣੀ ਆਉਂਦਾ ਪਾਣੀ ਤੋਂ ਚਾਰ ਦਿਨ ਤੋਂ ਬਗੈਰ ਬੰਦਾ ਜੀਵਨ ਨਹੀਂ ਰਹਿ ਸਕਦਾ ਸੋ ਇਸ ਕਰਕੇ ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਇਹ ਪਾਣੀ ਲੋੜਵੰਦਾਂ ਨੂੰ ਇੱਥੇ ਵੱਖ ਵੱਖ ਜਿਹੜੀਆਂ ਲੱਗੀਆਂ ਨੇ ਝੌਂਪੜੀਆਂ ਉਹਨਾਂ ਦੇ ਵਿੱਚ ਉਹਨਾਂ ਨੂੰ ਦਿੱਤਾ ਜਾਊਗਾ ਸੋ ਇਸ ਕਰਕੇ ਅਜਿਹੀ ਸੇਵਾ ਕਿਉਂਕਿ ਉਹਨਾਂ ਚਿਰ ਖਾਦ ਖੁਰਾਕ ਪਾਣੀ ਤੋਂ ਬਗੈਰ ਇਹ ਮੋਰਚਾ ਚੱਲ ਨਹੀਂ ਸਕਦਾ ਜਿੱਥੇ ਸ਼ਮੂਲੀਅਤ ਆ ਸ਼ਮੂਲੀਅਤ ਵੀ ਅੱਜ ਬਹੁਤ ਹੋਈ ਆ ਉਹਦੇ ਨਾਲ ਨਾਲ ਜਿਹੜਾ ਖਾਣ ਪ੍ਰਦਾਨ ਹੋਰ ਮਾਈਕ ਸਹਾਇਤਾ ਉਹ ਵੀ ਲੋਕ ਦੇ ਰਿਹਾ ਸੋ ਇਸ ਕਰਕੇ ਮੋਰਚਾ ਜਿਹੜਾ ਚੜ੍ਹਦੀਆਂ ਕਲਾ 'ਚ ਆ ਸੋ ਇਹਨਾਂ ਕਨਈਆਂ ਨੂੰ ਪਾਣੀ ਦੀ ਸੇਵਾ ਕਰਨ ਵਾਲਿਆਂ ਨੂੰ ਇਹਨਾਂ ਦਾ ਅਸੀਂ ਲੱਖ ਲੱਖ ਧੰਨਵਾਦ ਕਰਦੇ ਹਾਂ ਇਹ ਸੀ ਸਤਨਾਮ ਸਿੰਘ ਜਨਾਲੇ ਜਿਨ੍ਹਾਂ ਨੇ ਬਿਲਕੁਲ ਧੰਨਵਾਦ ਵੀ ਕੀਤਾ ਇਹੀ ਅਸਲ ਦੇ ਵਿੱਚ ਗੱਲ ਹੈ ਲੋਕਾਂ ਦੀ ਮਾਇਕ ਸਹਾਇਤਾ ਦੇ ਨਾਲ ਜਿਹੜੇ ਮੋਰਚੇ ਲੱਗਦੇ ਆ ਉਹ ਲਗਾਤਾਰ ਜੇਤੀ ਕਗਾਰ ਬਾਰ ਜਾਂਦੇ ਆ ਅਤੇ ਅਸੀਂ ਵੀ ਚਾਹਾਂਗੇ ਹੋਰ ਦਾਨੀ ਸੱਜਣਾਂ ਨੂੰ ਹੋਰ ਸਾਥੀਆਂ ਨੂੰ ਵੀ ਅਪੀਲ ਕਰਦੇ ਹਾਂ ਵੀ ਜਿਸ ਪ੍ਰਕਾਰ ਦੀ ਇਹਨਾਂ ਮੋਰਚਿਆਂ ਦੇ ਵਿੱਚ ਚਾਹੇ ਉਹ ਪਾਣੀ ਹੈ ਲੰਗਰਾਂ ਹੈ ਜਿਸ ਪ੍ਰਕਾਰ ਦੀ ਰਸਦ ਦੀ ਵੀ ਜਿਹੜੀ ਲੋੜ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਇਹਨਾਂ ਮੋਰਚਿਆਂ ਦੇ ਤੱਕ ਲੈ ਕੇ ਉਹ ਹਰ ਪ੍ਰਕਾਰ ਦੀ ਮਦਦ ਦੇ ਵਿੱਚ ਵੱਧ ਤੋਂ ਵੱਧ ਉਪਰਾਲੇ ਕੀਤੇ ਜਾਣ ਤਾਂ ਕਿ ਇਹ ਮੋਰਚਾ ਹੋਰ ਚੜ੍ਹਦੀ ਕਲਾ ਦੇ ਵਿੱਚ ਜਾ ਸਕੇ ਅਤੇ ਜਿਹੜੇ ਪਿੰਡ ਵਾਲਿਆਂ ਨੇ ਇਹ ਮਦਦ ਕੀਤੀ ਹੈ ਪਾਣੀ ਦੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਤੋਂ ਵੀ ਅਸੀਂ ਸੰਯੁਕਤ ਮੋਰਚੇ ਵੱਲੋਂ ਵੀ ਅਤੇ ਆਪਣੀ ਜਥੇਬੰਦੀ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਵੀ ਕਰਦੇ ਹਾਂ ਵੀ ਉਹਨਾਂ ਨੇ ਇਹ ਉਪਰਾਲਾ ਕੀਤਾ ਅਤੇ ਇੱਥੇ ਵੱਡੀ ਗਿਣਤੀ ਦੇ ਵਿੱਚ ਪਾਣੀ ਲੈ ਕੇ ਆਏ ਹੈ ਅਤੇ ਚਾਹਾਂਗੇ ਇਹ ਲਗਾਤਾਰ ਜਿਹੜੀ ਸਹਾਇਤਾ ਦੇ ਨਾਲ ਇਹ ਮੋਰਚਾ ਅੱਗੇ ਚੱਲਦਾ ਰਹੇ ਇਹਦੇ ਨਾਲ ਹੀ ਪ੍ਰਗਟ ਸਿੰਘ ਜਾਮਾ ਰਹੇ ਸਾਡੇ ਨਾਲ ਹੈ ਉਹ ਵੀ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਨਗੇ ਮੈਂ ਜਮਹੂਰੀ ਕਿਸਾਨ ਸਭਾ ਵੱਲੋਂ ਅਤੇ ਸੰਯੁਕਤ ਮੋਰਚੇ ਵੱਲੋਂ ਜਿਵੇਂ ਇਹ ਹੁਸ਼ਿਆਰਪੁਰ ਤੋਂ ਚੱਲ ਕੇ ਹਿਆਤਪੁਰ ਤੋਂ ਚੱਲ ਕੇ ਇਹ ਸਾਡੇ ਸਾਥੀ ਸਾਡੇ ਕਿਸਾਨ ਵੀਰ ਆਪਣਾ ਪਾਣੀ ਦੀ ਸੇਵਾ ਲੈ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਨਾਲ ਹੀ ਅਪੀਲ ਕਰਦੇ ਹਾਂ ਕਿ ਇਸ ਵੇਲੇ ਗਰਮੀ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਆ ਉਹਨਾਂ ਨੂੰ ਪਾਣੀ ਦੀ ਬੇਹੱਦ ਜ਼ਰੂਰਤ ਰਹਿੰਦੀ ਆ ਅਤੇ ਇਹਨਾਂ ਨੇ ਬਹੁਤ ਸਮੇਂ ਸਿਰ ਜਦੋਂ ਕੱਲ੍ਹ ਨੂੰ ਜਿਹੜਾ ਜਥੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੇ ਆ ਕਿਸਾਨਾਂ ਦੇ ਉਹਨਾਂ ਜਥਿਆਂ ਦੇ ਨਾਲ ਹੀ ਇਹ ਵੀ ਜਿਹੜਾ ਵਾ ਇਹ ਪਾਣੀ ਦੀ ਸੇਵਾ ਵੀ ਵੱਡੀ ਲੈ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਨਾਲੇ ਲਾਤਾ ਦਾਨੀ ਸੱਜਣਾ ਦਾ ਇੱਕ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਕਿਰਤੀ ਲੋਕਾਂ ਦਾ ਇੱਕ ਜਿੰਦਾਬਾਦ 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 ਪੇਸ਼ਕਸ਼ ਲੋਕਾਂ ਦਾ ਇੱਕ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ